ਜਸ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਜੀ। ਮੈਂ ਕੁਲਵਿੰਦਰ ਸਿੰਘ ਤੇ ਕਿਸਾਨ ਅੰਦੋਲਨ ਦੀਆਂ ਵੱਖੋ ਵੱਖ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਤਮਾਮ ਤਰ੍ਹਾਂ ਦੇ ਜਿੱਥੇ ਲੋਕਾਂ ਨੇ ਲੰਗਰ ਲਾਏ ਹੋਏ ਨੇ ਉੱਥੇ ਹੀ ਆਮ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਲੋਕਾਂ ਨੂੰ ਰੋਜ਼ਾਨਾ ਇੱਥੇ ਲੋੜ ਪੈ ਸਕਦੀ ਹੈ, ਕਿਉਂਕਿ ਸੰਘਰਸ਼ ਲੰਬਾ ਚੱਲਣਾ ਹੈ। ਇਸ ਦੀ ਵਜ੍ਹਾ ਕਰਕੇ ਜੋ ਆਮ ਰੋਜ਼ਾਨਾ ਦੀਆਂ ਚੀਜ਼ਾਂ ਨੇ ਲੋਕਾਂ ਨੂੰ ਜਿਨ੍ਹਾਂ ਦੀ ਲੋੜ ਪੈ ਸਕਦੀ ਹੈ, ਇੱਥੇ ਯੂਨਾਈਟਡ ਸਿੱਖ ਸੰਸਥਾ ਦੇ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਸਾਬਣਾਂ ਨੇ, ਟੂਥਪੇਸਟ ਹੈ, ਬ੍ਰੱਸ਼ ਹੈ ਤੇ ਹੋਰ ਤਮਾਮ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਨੇ, ਸ਼ੈਂਪੂ ਵੀ ਇੱਥੇ ਪਿਆ ਹੋਇਆ ਹੈ, ਮਾਸਕ ਵੀ ਦਿੱਤੇ ਜਾ ਰਹੇ ਨੇ ਤੇ ਜਿਸ ਕਿਸੇ ਨੂੰ ਵੀ ਜ਼ਰੂਰਤ ਹੈ ਬਿਨਾਂ ਕਿਸੇ ਭੇਦਭਾਵ ਦੇ ਇਹ ਚੀਜ਼ ਜਿਹੜੀ ਹੈ ਇੱਥੇ ਤਮਾਮ ਜੋ ਕਿਸਾਨ ਜਿਨ੍ਹਾਂ ਨੂੰ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਉਹ ਇੱਥੇ ਦਿੱਤੀਆਂ ਜਾ ਰਹੀਆਂ ਨੇ। ਅਤੇ ਯੂਨਾਈਟਡ ਸਿੱਖ ਸੰਸਥਾ ਦੁਨੀਆ ਭਰ ਦੇ ਵਿੱਚ ਤੁਹਾਨੂੰ ਦੱਸਿਆ ਜਾਣੀ ਜਾਂਦੀ ਹੈ ਮਨੁੱਖਤਾ ਦੀ ਸੇਵਾ ਦੇ ਲਈ, ਅਤੇ ਆਪਣਾ ਫਰਜ਼ ਇਸ ਅੰਦੋਲਨ ਦੇ ਵਿੱਚ ਵੀ ਇਹ ਸੰਸਥਾ ਦੇ ਵੱਲੋਂ ਬਖੂਬੀ ਨਿਭਾਇਆ ਜਾ ਰਿਹਾ ਹੈ। ਜਲ ਦੀ ਸੇਵਾ ਵੀ ਹੈ, ਪਾਣੀ ਇੱਥੇ ਛਕਾਇਆ ਜਾ ਰਿਹਾ ਅਤੇ ਤਸਵੀਰਾਂ ਅਸੀਂ ਤੁਹਾਨੂੰ ਵਿਖਾਵਾਂਗੇ ਅੱਗੇ। ਦਵਾਈ ਪਾਣੀ ਦਾ ਵੀ ਪੂਰਾ ਪ੍ਰਬੰਧ ਇੱਥੇ ਕੀਤਾ ਗਿਆ ਹੈ। ਤਸਵੀਰਾਂ ਤੁਸੀਂ ਦੇਖੋ ਕਿ ਤਮਾਮ ਤਰ੍ਹਾਂ ਦੇ ਜੋ ਮੈਡੀਕਲ ਸਹੂਲਤ ਹੈ ਵੀ ਲੋਕਾਂ ਨੂੰ ਇੱਥੇ ਦਿੱਤੀ ਜਾ ਰਹੀ ਹੈ, ਦਵਾਈਆਂ ਨੇ ਅਤੇ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੀ ਇੱਥੇ ਲਗਾਤਾਰ ਪਹੁੰਚ ਰਹੇ ਨੇ, ਉਹਨਾਂ ਨੂੰ ਇੱਥੇ ਲਗਾਤਾਰ ਮਦਦ ਦਿੱਤੀ ਜਾ ਰਹੀ ਹੈ ਕਿਉਂਕਿ ਠੰਡ ਦਾ ਮੌਸਮ ਹੈ। ਵੱਡੀ ਗਿਣਤੀ 'ਚ ਬਜ਼ੁਰਗ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਨੇ। ਇਹਨਾਂ ਬਜ਼ੁਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਇਸ ਤਰ੍ਹਾਂ ਨਾਲ ਅਤੇ ਮੈਡੀਕਲ ਜੋ ਦਵਾਈਆਂ ਦਾ ਪ੍ਰਬੰਧ ਜਿਹੜਾ ਇੱਥੇ ਯੂਨਾਈਟਡ ਸੰਸਥਾ ਦੇ ਵੱਲੋਂ ਕੀਤਾ ਗਿਆ, ਯੂਨਾਈਟਡ ਸਿੱਖ ਸੰਸਥਾ ਦੇ ਵੱਲੋਂ, ਅਤੇ ਇਹ ਮਨੁੱਖਤਾ ਦੀ ਸੇਵਾ ਇੱਥੇ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਜੋ ਅੰਦੋਲਨ ਨੂੰ ਲੈ ਕੇ ਵਾਰ ਵਾਰ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਲੰਬਾ ਚੱਲ ਸਕਦਾ ਹੈ ਸੰਘਰਸ਼, ਇਸ ਲਈ ਇਸ ਦੇ ਵਿੱਚ ਤਮਾਮ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਉਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੀਏ ਕਿ ਕਿਵੇਂ ਇੱਥੇ ਇੰਤਜ਼ਾਮ ਕੀਤੇ ਗਏ ਨੇ। ਉਹ ਸਾਹਮਣੇ ਸਟੇਜ ਲੱਗੀ ਹੋਈ ਹੈ, ਉਹ ਸਾਹਮਣੇ ਮੁੱਖ ਸਟੇਜ ਹੈ ਜਿੱਥੋਂ ਕਿਸਾਨ ਆਗੂ ਆਪਣੇ ਰੋਜ਼ਾਨਾ ਜਿਹੜਾ ਹੈ ਕਿਸਾਨਾਂ ਨੂੰ ਦੇ ਨਾਲ ਗੱਲਬਾਤ ਕਰਦੇ ਨੇ, ਉਹਨਾਂ ਨੂੰ ਅਪਡੇਟ ਕਰਦੇ ਨੇ ਕਿ ਕੁਝ ਇੱਥੇ ਵਾਪਰ ਰਿਹਾ ਹੈ। ਅਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਤੇ ਕਿਸ ਤਰੀਕੇ ਨਾਲ ਇੱਥੇ ਇੰਤਜ਼ਾਮ ਹੈ, ਦਵਾਈਆਂ ਦਾ ਪ੍ਰਬੰਧ ਹੈ ਯੂਨਾਈਟਡ ਸੰਸਥਾ ਦੇ ਵੱਲੋਂ। ਅਤੇ ਸਾਡੇ ਨਾਲ ਪਰਮਿੰਦਰ ਸਿੰਘ ਮੌਜੂਦ ਨੇ ਯੂਨਾਈਟਡ ਸਿੱਖ ਸੰਸਥਾ ਦੇ ਵੱਲੋਂ, ਉਹ ਇੱਥੇ ਪ੍ਰੋਗਰਾਮ ਜਿਹੜਾ ਉਹਦੇ ਮੈਨੇਜਰ ਨੇ ਅਤੇ ਦੇਖਦੇ ਨੇ ਕਿ ਕਿਸ ਤਰੀਕੇ ਪੂਰਾ ਪ੍ਰਬੰਧ ਕੀਤਾ ਜਾਣਾ ਹੈ। ਸਰ, ਸਭ ਤੋਂ ਪਹਿਲਾਂ ਦੱਸੋ ਕਿ ਕੀ ਕੁਝ ਤੁਸੀਂ ਇੱਥੇ ਪ੍ਰਬੰਧ ਕੀਤੇ ਹੋਏ ਨੇ, ਕਦੋਂ ਤੋਂ ਤੁਸੀਂ ਡਟੇ ਹੋਏ ਹੋ? ਸਾਨੂੰ ਜਿਸ ਦਿਨ ਆ ਕੇ ਇੱਥੇ ਸਟੇ ਕੀਤਾ ਇਹਨਾਂ ਨੇ, ਉਹ ਦਿਨ ਦੇ ਅਸੀਂ ਇੱਥੇ ਹੈ ਜੀ। ਈਵਨ ਕਿ ਨਾਲ ਹੀ ਆਏ ਇਹਨਾਂ ਦੇ, ਸਾਡੀ ਪੰਜਾਬ ਦੀ ਟੀਮ ਟਿਕਰੀ ਬਾਰਡਰ 'ਤੇ ਵੀ ਹੈ ਅਤੇ ਇੱਥੇ ਪ੍ਰਬੰਧ ਤੁਸੀਂ ਦਿਖਾਈ ਦਿੱਤਾ ਹੋਣਾ। ਸਭ ਤੋਂ ਜ਼ਿਆਦਾ ਇੱਥੇ ਜਿਹੜੀ ਲੋੜ ਹੈਗੀ ਆ ਉਹ ਦਵਾਈਆਂ ਦੀ ਹੈ। ਬਜ਼ੁਰਗ, ਬੀਬੀਆਂ, ਭੈਣਾਂ, ਬੱਚੇ ਛਿੱਲੇ ਵਿੱਲੇ ਨੇ, ਸਭ ਤੋਂ ਜ਼ਿਆਦਾ ਇੱਥੇ ਦਵਾਈਆਂ ਦੀ ਲੋੜ ਹੈ, ਪਾਣੀ ਦੀ ਬਹੁਤ ਲੋੜ ਹੈ। ਅਤੇ ਅਸੀਂ ਇਹਦੇ ਨਾਲ ਨਾਲ ਹੋਰ ਜਿਹੜੇ ਟੂਥਬ੍ਰੱਸ਼ ਹੈ, ਪੇਸਟ, ਜਿਹੜੀ ਰੋਜ਼ ਦੀ ਸਾਡੀ ਲੋੜ ਇਹਨਾਂ ਨੂੰ ਹੈਗੀ, ਉਹ ਪੂਰਾ ਸਮਾਨ ਸਾਡੇ ਕੋਲ ਰੱਖਿਆ। ਅਸੀਂ ਦੇਖ ਪਾ ਰਹੇ ਹਾਂ ਕਿ ਲੰਗਰ ਤਾਂ ਬਹੁਤ ਸਾਰੇ ਲੋਕਾਂ ਨੇ ਲਾਏ ਹੋਏ ਸੀ, ਦਵਾਈਆਂ ਦੇ ਲੰਗਰ ਵੀ ਅਸੀਂ ਦੇਖ ਰਹੇ ਹਾਂ। ਤੁਹਾਨੂੰ ਲੱਗਦਾ ਕਿ ਲੜਾਈ ਜਿਹੜੀ ਹੈ ਲੰਬੀ ਚੱਲ ਸਕਦੀ ਹੈ, ਇਸ ਲਈ ਇਹ ਤਮਾਮ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਇੰਤਜ਼ਾਮ ਇੱਥੇ ਹੋਣਾ ਚਾਹੀਦਾ? ਅਜੇ ਤਾਂ ਲੱਲ ਇਹਦੇ ਲੰਬੀ ਦੇ ਹੀ ਨੇ, ਲੜਾਈ ਦੇ ਮਾਹੌਲ ਇੱਦਾਂ ਦਾ ਹੀ ਹੈ ਅਤੇ ਲੰਬੀ ਦਾ ਹੀ ਅਰੇਂਜਮੈਂਟ ਇੱਥੇ ਸਾਰਾ ਹੈਗਾ। ਅਸੀਂ ਵੀ ਦਿਨ ਬ ਦਿਨ ਨਾਲ ਐਡ ਕਰੀ ਜਾਣ ਡਏ ਹਾਂ। ਪਾਣੀ ਤਾਂ ਇੱਥੇ ਰੋਜ਼ ਹੀ ਟਰੱਕ ਲੱਗ ਜਾਂਦਾ ਜੀ, ਹੈ ਨਾ ਜੀ, ਕਿਉਂਕਿ ਇੱਥੇ ਨਲਕੇ ਵਲਕੇ ਨਹੀਂ ਹੈਗੇ ਜਿਹੜੇ ਆਪਣੇ ਪੰਜਾਬ 'ਚ ਹੁੰਦੇ ਆ। ਅਤੇ ਦਵਾਈ ਦੀ ਬਹੁਤ ਇੱਥੇ ਕਮ ਸੇ ਕਮ 400 ਬੰਦਾ ਡੇਲੀ ਸਾਡੇ ਕੋਲ ਆ ਰਿਹਾ। ਪਹਿਲੇ ਦਿਨ 250 ਸੀ, ਹੌਲੀ ਹੌਲੀ ਵੱਧਦੇ ਵੱਧਦੇ 400 ਹੋ ਗਿਆ। ਹੁਣ ਅਸੀਂ ਇੱਥੇ ਕੋਈ ਨਵੀਆਂ ਟਰਾਲੀਆਂ ਜਿਹੜੀਆਂ ਆ ਰਹੀਆਂ ਨੇ ਅਤੇ ਭਾਅ ਜੀ ਇੱਕ ਮਿੰਟ ਜੀ, ਜਿਹੜੇ ਟਰਾਲੀਆਂ ਨਵੀਆਂ ਆਉਣ ਡੀਆਂ, ਕੱਲ੍ਹ ਸਾਡੇ ਕੋਲ 15 ਬੰਦੇ ਇਹੋ ਜਿਹੇ ਜਿਹਨਾਂ ਨੂੰ ਤਰਪਾਲਾਂ ਨਹੀਂ ਸੀ ਅਤੇ ਅਸੀਂ ਤਰਪਾਲਾਂ ਦਾ ਅਰੇਂਜਮੈਂਟ ਅੱਜ ਕਰ ਦਿੱਤਾ ਹੈ। ਅਤੇ ਟਿੱਕਰੀ 'ਤੇ ਅਸੀਂ 50 ਇੱਕ ਆਪਣਾ ਜਿਹੜੇ ਟੈਂਟ ਲਾ ਰਹੇ, ਜਿਹੜਾ ਟੈਂਟ ਸਿਟੀ ਆ ਉਹਦਾ ਅਰੇਂਜਮੈਂਟ 50 ਟੈਂਟ ਆ ਗਿਆ। ਦਿਨ ਬ ਦਿਨ ਜਿਵੇਂ ਜਿਵੇਂ ਲੋੜ ਹੈ ਅਸੀਂ ਉਵੇਂ ਉਵੇਂ ਅੱਗੇ ਵੱਧ ਰਹੇ ਹਾਂ। ਆਪਣੀ ਸੋਚਣਾ ਨਹੀਂ, ਜੋ ਲੋੜ ਹੈ ਇੱਥੇ ਪਹਿਲੇ ਅਸੀਂ ਦੇਖਦੇ ਹਾਂ ਉਸ ਹਿਸਾਬ ਨਾਲ ਵੱਧ ਰਹੇ। ਅੱਛਾ, ਇੱਕ ਇਹ ਗੱਲ ਦੱਸੋ, ਤੁਹਾਡੇ ਕੋਲ ਜਿਹੜੇ ਲੋਕ ਇੱਥੇ ਆਉਂਦੇ ਨੇ, ਤੁਸੀਂ ਗੱਲਬਾਤ ਵੀ ਕਰਦੇ ਹੋਵੋਗੇ, ਅਤੇ ਕੀ ਇਸ ਤਰੀਕੇ ਲੱਗਦਾ ਕਿ ਕਿੰਨਾ ਕਿੰਨਾ ਲੋਕਾਂ 'ਚ ਹੌਸਲਾ ਹੈਗਾ ਇਸ ਵੇਲੇ ਇਸ ਲੜਾਈ ਨੂੰ ਲੜਨ? ਬੜਾ ਜੋਸ਼ ਹੈ ਜੀ, ਕਿਸੇ ਨੂੰ ਪੁੱਛ ਲਓ ਤੁਸੀਂ, ਬਹੁਤ ਜੋਸ਼ ਹੈ। ਉਹਨਾਂ ਨੂੰ ਕਹੀਦਾ, ਕਹਿੰਦੇ ਅਸੀਂ ਜਾਣਾ ਹੀ ਨਹੀਂ। ਔਰ ਇਹ ਮੈਂ ਪਹਿਲੀ ਇੰਟਰਵਿਊ 'ਚ ਕਿਹਾ ਸੀ ਕਿ ਇਹ ਬੇਗਮਪੁਰਾ, ਇੱਥੇ ਹਰ ਕੋਈ ਇੱਕ ਦੂਜੇ ਨੂੰ ਕੁਝ ਦੇ ਰਿਹਾ। ਉਹ ਗੱਲ ਦੂਜੀ ਹੈ ਕਿ ਖਬਰਾਂ ਜਿਹੜੀਆਂ ਸਰਕਾਰ ਵੱਲੋਂ ਜਾਂ ਕੁਛ ਜਿਹੜੇ ਐਵੇਂ ਦੇ ਚੈਨਲ ਹੁੰਦੇ ਆ ਉਹਨਾਂ ਦਾ ਆਪਣਾ ਕੰਮ ਹੈ। ਅਦਰਵਾਈਜ਼ ਇੱਥੇ ਜੇ ਕੋਈ ਆ ਕੇ ਵੇਖੇ ਅਤੇ ਇੱਥੇ ਸਾਡਾ ਦਿਲ ਲੱਗ ਜਾਂਦਾ, ਜਾਣ ਨੂੰ ਜੀ ਨਹੀਂ ਕਰਦਾ, ਬਹੁਤ ਵਧੀਆ ਲੱਗਦਾ। ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਜੀ ਯੂਨਾਈਟਡ ਸਿੱਖ ਸੰਸਥਾ ਦੇ ਵੱਲੋਂ ਕਿਸ ਤਰੀਕੇ ਪ੍ਰਬੰਧ ਕੀਤੇ ਗਏ, ਅਤੇ ਉਹਨਾਂ ਦਾ ਕਹਿਣਾ ਟਿਕਰੀ ਬਾਰਡਰ 'ਤੇ ਵੀ ਉਹਨਾਂ ਨੇ ਇਸ ਤਰੀਕੇ ਦੇ ਪ੍ਰਬੰਧ ਕੀਤੇ ਹੋਏ ਨੇ। ਅਤੇ ਪ੍ਰਬੰਧ ਇਸੇ ਲਈ ਨੇ ਕਿਉਂਕਿ ਉਹ ਜਾਣਦੇ ਨੇ ਕਿ ਕਿਸਾਨਾਂ ਦੇ ਨਾਲ ਹਰ ਕਿਸੇ ਦਾ ਜੁੜਾਅ ਹੈ ਅਤੇ ਇਹ ਜਿਹੜੀ ਲੜਾਈ ਹੈ ਉਹ ਲੰਬੀ ਚੱਲ ਸਕਦੀ ਹੈ। ਇਸੇ ਮਕਸਦ ਦੇ ਨਾਲ ਉਹਨਾਂ ਦੇ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਹੈ। ਬੁਨਿਆਦੀ ਚੀਜ਼ਾਂ ਜੋ ਰੋਜ਼ ਰੋਜ਼ਾਨਾ ਜ਼ਿੰਦਗੀ 'ਚ ਲੋਕਾਂ ਨੂੰ ਲੋੜ ਪੈ ਸਕਦੀ ਹੈ ਉਹ ਵੀ ਇੱਥੇ ਰੱਖੀਆਂ ਗਈਆਂ ਨੇ। ਪਾਣੀ ਦਾ ਲਗਾਤਾਰ ਉਹ ਪ੍ਰਬੰਧ ਕਰ ਰਹੇ ਨੇ ਅਤੇ ਨਾਲ ਦੀ ਨਾਲ ਖਾਸ ਤੌਰ 'ਤੇ ਦਵਾਈਆਂ ਜਿਹੜੀ ਹੈ, ਕਿਉਂਕਿ
उन्होंने थोड़ी बहुत दिक्कत जी इतने पेश होंगी, इसलिए दवाई का प्रबंध खास तौर पर जोड़ा है इतने किया गया है। कैमरा परसन जस्सी जग्गी के नाल कुलविंदर सिंह, जस पंजाबी, दिल्ली।